रूपनगर जिले के समूह क्रैशर मालकां ने पंजाब सरकार की क्रैशर नीति मुढ़ो रद्द किया गया अते तंग आके अपने क्रैशर उद्योग नूं अणमिथे समय लई बंद किया गया। रूपनगर जिले में 200 तों लगभग क्रैशर हैं। ये सारे कारोबारी हुण सड़कां ते उतर आए हैं। इन्हां कारोबारियों का कहना है कि जद तक सरकार उन्हां दीआं मंगां नहीं मंनदी अते क्रैशर नीति विच बदलाव नहीं करदी उदों तक वह अपना कारोबार बंद रखणगे। गौरतलब है कि जेकर क्रैशर उद्योग बंद रहिंदा है तां इसका वड्डा असर पंजाब दे मालिए ते भी पवेगा ते माइनिंग चों 20,000 करोड़ रुपए का मालिया इकट्ठा करन दे दावे करन वाली आम आदमी पार्टी की सरकार पंजाब सरकार ते वड्डे सवाल खड़े होणगे। 6 महीने तो जद ही सरकार बदली भी जद ही साढ़े सारे क्रैशर बंद है उल्टा सानू 7-8 लाख जिहड़ियां किस्तां है वो असीं खड़े रहिंदे दे रहे साढ़े कोल लेबरां कोई बिहार तो बैठे है कोई साढ़े ड्राइवर है कोई ऑपरेटर है उन्हां दीआं तनखाहां असीं खड़िआं दीआं दे रहे सरकार कोई वधिया ना तां पॉलिसी बना रही जी ना कोई चलाण बारे सोच रही उल्टा साडियां जिहड़ियां फीसां दीआं वो 10 गुणा वधा के वो कर दित्तीआं असीं फीसां देण नूं भी तैयार है पर कोई कम्म तां चलाण सरकार साडियां मंगां मान नहीं रही जिन्हां चिर नहीं मनदी असीं सारिआं ने फैसला कीता सी कम्म बंद करांगे। अच्छा किहड़े किहड़े इहो जिहे रूल नवें बणाए गए ने जिन्हां नूं तुहानूं दिक्कत परेशानी दा सामना करना इहदे विच इक तां 15 लाख रुपया कंडे दा पाता जी इहने कई क्रैशर छोटे आ कई वड्डे आ कई 20-20 लाख दे तां क्रैशर आ जी उहनां नूं 15 लाख दा कंडा कित्थों लवाउणगे फिर जदों सातों कच्चे माल ते तुसीं रॉयल्टी लै ली फिर पक्के माल ते 1 रुपया होर लाण नूं फिरदे ਉਹ ਅਸੀਂ ਦੇ ਨਹੀਂ ਸਕਦੇ ਉਹ ਕਾਹਦੇ ਰੂਪ ਵਿੱਚ ਦਈਏ ਜਦੋਂ ਪਹਿਲੀ ਦੇ ਦੇਣੇ ਅਸੀਂ ਦੋਰੀ ਮਾਰ ਦੇ ਤੌਰ ਤੇ ਤੁਸੀਂ ਦੇਖਦੇ ਪਏ ਸੀ ਹਾਂਜੀ ਹਾਂਜੀ ਤੇ ਹੁਣ ਕੀ ਅਗਲਾ ਕੀ ਸਟੈਪ ਹੋਏਗਾ ਤੁਹਾਡਾ ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਇਹ ਹੈ ਹੀ ਨਹੀਂ ਜਿਹੜੀਆਂ 1-2 ਖੱਡਾਂ ਚਲਾਈਆਂ ਵੀ ਸਾਡੀ ਸਿਲਟਿੰਗ ਦੀਆਂ ਐਵੇਂ ਨਾ ਚਲਾਉਣ ਦਾ 1 ਰੁਪਏ ਵੀ ਕੰਮ ਚੱਲ ਗਿਆ ਉਹਦੇ ਤੋਂ ਅਸੀਂ ਇਹਨਾਂ ਦੇ ਨਾਮ ਮਾਲ ਖਰੀਦਾਂਗੇ ਨਾ ਅਸੀਂ ਆਪਣੇ ਕ੍ਰੈਸ਼ਰ ਬੰਦ ਕਰਤੇ ਜਿੰਨਾ ਚਿਰ ਸਾਡੀ ਕੋਈ ਇਹਨਾਂ ਨਾਲ ਨਾ ਹੀ ਮੀਟਿੰਗ ਹੁੰਦੀ। ਅੱਛਾ ਤੁਸੀਂ ਸਰਕਾਰ ਦੀ ਨੀਅਤ ਤੇ ਨੀਤੀ 'ਚ ਫਰਕ ਦੇਖਦੇ ਪਏ ਇਸ ਵਕਤ? ਫਰਕ ਇਹ ਆ ਜੀ ਤੁਸੀਂ ਤਾਂ ਲਾ ਲਓ 6-7 ਮਹੀਨੇ ਹੋ ਗਏ ਸਾਨੂੰ ਕੰਮ ਬੰਦ ਹੋਏ ਨੂੰ ਕੋਈ ਸਰਕਾਰ ਇਹਦੇ ਵੱਲ ਧਿਆਨ ਹੀ ਨਹੀਂ ਦੇ ਰਹੀ ਜੀ। ਪ੍ਰੋਟੈਸਟ ਤਾਂ ਤਕਰੀਬਨ ਸਾਨੂੰ 2 ਮਹੀਨੇ ਹੋ ਗਏ ਜੀ ਪਰ ਜਦੋਂ ਦੀ ਇਹ ਕ੍ਰੈਸ਼ਰ ਪਾਲਿਸੀ ਆਈ ਆ ਅਸੀਂ ਉਦੋਂ ਦੇ ਹੀ ਸਰਕਾਰ ਨੂੰ ਲਿਖਤੀ ਰੂਪ ਦੇ ਵਿੱਚ ਵੱਖ ਵੱਖ ਤਰੀਕੇ ਨਾਲ ਅਸੀਂ ਇਹਨਾਂ ਨੂੰ ਇੰਟੀਮੇਟ ਕਰ ਰਹੇ ਹਾਂ। ਸਰਕਾਰ ਦੀ ਜਿਹੜੀ ਨਵੀਂ ਕ੍ਰੈਸ਼ਰ ਪਾਲਿਸੀ ਆਈ ਆ ਸਰ ਉਹਦੇ ਵਿੱਚ 30 ਕਲੋਜ਼ਸ ਨੇ 30 ਕੰਡੀਸ਼ਨਾਂ ਨੇ ਅਸੀਂ 25 ਬੰਨਣ ਨੂੰ ਰੇੜੀ ਹਾਂ ਔਰ 5 ਕਲੋਜ਼ਾਂ ਨੂੰ ਅਸੀਂ ਕਹਿ ਰਹੇ ਹਾਂ ਤਬਦੀਲ ਕੀਤਾ ਜਾਵੇ ਕਿਉਂਕਿ ਉਹ ਫਿਜ਼ੀਬਲ ਨਹੀਂ ਹੈਗੀਆਂ ਪੋਸੀਬਲ ਨਹੀਂ ਹੈਗਾ ਉਹਨਾਂ ਨੂੰ ਕ੍ਰੈਸ਼ਰ ਦੇ ਉੱਤੇ ਲਾਗੂ ਕਰਨਾ। ਸਾਡੇ ਕ੍ਰੈਸ਼ਰ ਪੁਰਾਣੇ ਚੱਲੇ ਆ ਰਹੇ ਨਵੇਂ ਜੇ ਕ੍ਰੈਸ਼ਰ ਖੁੱਲਦੇ ਆ ਨਵੇਂ ਕ੍ਰੈਸ਼ਰ ਤੁਸੀਂ ਇਸ ਪਾਲਿਸੀ ਤਹਿਤ ਕਰ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਉਹਨਾਂ 'ਚੋਂ ਵੀ ਅਸੀਂ 25 ਮੰਨਣ ਰੇੜੀ ਆ ਪਰ ਸਰਕਾਰ ਇਸ ਗੱਲ ਦੀ ਬਜਿੱਦ ਹੋਈ ਹੋਈ ਆ ਵੀ ਅਸੀਂ ਇਹ ਚੇਂਜ ਨਹੀਂ ਕਰ ਸਕਦੇ। ਅਸੀਂ ਘਰ ਘਰ ਰੋਜ਼ਗਾਰ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਤੋਂ ਤੁਹਾਡਾ ਰੋਜ਼ਗਾਰ ਬੰਦ ਹੋ ਰਿਹਾ ਸਰ ਅਸੀਂ 20-25 ਜਣਿਆਂ ਦਾ ਸਾਡੇ ਨਾਲ ਸੰਬੰਧਿਤ ਹੈਗਾ ਯਾਨੀ ਕਿ ਫੈਮਿਲੀ ਜਿਹੜੀਆਂ ਅਸੀਂ ਰੋਜ਼ਗਾਰ ਚੱਲਦਾ ਹੈਗਾ ਜੀ ਤੇ ਸਾਡੇ ਕੋਲ ਡਰਾਈਵਰ ਨੇ ਜੀ ਸਾਡੇ ਕੋਲ ਜਿਹੜੀ ਲੇਬਰ ਹੈਗੀ ਆ ਉਹਨਾਂ ਦੇ ਪਰਿਵਾਰ ਨੇ ਜੀ ਸਾਡੇ ਆਪਣਾ ਪਰਿਵਾਰ ਹੈਗਾ ਜੀ ਸਾਨੂੰ ਇੱਕ ਹੈਂਡਸਮ ਅਮਾਊਂਟ ਜਿਹੜਾ ਜਿੰਨਾ ਅਸੀਂ ਆਪਣਾ ਪਰਿਵਾਰ ਚਲਾਉਂਦੇ ਹਾਂ ਤੇ ਰੋਜ਼ਗਾਰ ਬੰਦ ਹੋ ਰਿਹਾ ਜੀ ਤੁਹਾਡੇ ਸਾਹਮਣੇ। ਅੱਛਾ ਜੇਕਰ ਜ਼ਿਲ੍ਹੇ ਪੱਧਰ ਤੇ ਗੱਲ ਕੀਤੀ ਜਾਵੇ ਆਰਥਿਕ ਤੌਰ ਤੇ ਕਿੰਨਾ ਕੁ ਨੁਕਸਾਨ ਹੋਵੇਗਾ ਸਰਕਾਰ ਨੂੰ? ਦੇਖੋ ਆਰਥਿਕ ਪੱਧਰ ਤੇ ਤਾਂ ਕਰੋੜਾਂ ਦੇ ਵਿੱਚ ਨੁਕਸਾਨ ਹੈਗਾ GST ਜਿੱਦਾਂ ਹੁਣ GST ਦੀ ਬਿਲਿੰਗ ਹੁੰਦੀ ਸੀ GST ਬੰਦ ਹੋ ਰਿਹਾ ਜੀ ਤੇ ਜਿਵੇਂ ਡੀਜ਼ਲ ਜਦੋਂ ਗੱਡੀਆਂ ਖੜਨਗੀਆਂ ਡੀਜ਼ਲ ਦੇ ਵਿੱਚ GST ਜਾਂਦਾ ਸੀਗਾ ਜੀ ਇਲੈਕਟ੍ਰਿਸਿਟੀ ਦਾ ਬਿੱਲ ਜਾਂਦਾ ਸੀਗਾ ਜੀ ਸਾਰਾ ਨੁਕਸਾਨ ਹੀ ਸਰਕਾਰ ਦਾ ਵੀ ਨੁਕਸਾਨ ਆ ਸਾਡਾ ਜ਼ਿਆਦਾ ਜੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਕਿਉਂਕਿ ਸਾਡਾ ਪਰਸਨਲ ਨੁਕਸਾਨ। ਅੱਛਾ ਅਗਲੀ ਰੂਪਰੇਖਾ ਕੀ ਹੋਏਗੀ ਤੁਹਾਡੇ? ਸਰ ਅਸੀਂ ਇਹਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਰਹੇ ਹਾਂ ਸਾਡੇ ਪ੍ਰਧਾਨ ਜੀ ਨੇ ਰਵਿੰਦਰ ਸਿੰਘ ਜੀ ਬਈਹਾਰ ਆ ਔਰ ਸਾਡੇ ਯੂਨੀਅਨ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਔਰ ਕ੍ਰੈਸ਼ਰ ਦੇ ਜਿੰਨੇ ਵੀ ਮਾਲਕ ਨੇ ਉਹਨਾਂ ਸਾਰਿਆਂ ਵੱਲੋਂ ਇਹੀ ਅਪੀਲ ਕੀਤੀ ਆ ਸਾਰਿਆਂ ਨੇ ਸਾਰੇ ਰਾਏ ਇਹੀ ਕੀਤੀ ਆ ਵੀ ਇਹਨਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਲਿੱਤਾ ਜਾਵੇ ਅਗਰ ਸਰਕਾਰ ਬੋਲੀ ਆ ਨਹੀਂ ਸੁਣਨਾ ਚਾਹੁੰਦੀ ਕੰਮ ਬੰਦ ਕਰਕੇ ਘਰੇ ਬਹਿ ਜਾਂਦੇ ਆ ਜੀ ਠੀਕ ਹੈ ਨਹੀਂ ਇਸ ਕਰਕੇ ਜਦੋਂ ਤੱਕ ਸਰਕਾਰ ਸਾਡੀ ਮੁੱਖ ਮੰਤਰੀ ਸਾਹਿਬ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਵੀ ਅਪੀਲ ਆ ਕਿ ਸਾਡੇ ਨਾਲ ਮੀਟਿੰਗ ਕਰੋ ਸਾਡੇ ਨਾਲ ਬੈਠ ਕੇ ਗੱਲ ਕਰੋ ਸਾਡੀਆਂ ਸਮੱਸਿਆਵਾਂ ਨੂੰ ਸੁਣੋ ਤੇ ਉਹਨੂੰ ਹੱਲ ਕਰੋ ਅਸੀਂ ਕੰਮ ਚਲਾਉਣ ਨੂੰ ਰੇਡੀ ਹਾਂ ਠੀਕ ਹੈ ਨਹੀਂ ਇਹ ਪਰ ਦੇਖੋ ਇਹ ਕੋਈ ਲੋਕਤੰਤਰ ਹੈਗਾ ਜੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਪਬਲਿਕ ਸਰਵਿਸ ਦਾ ਕੰਮ ਕਰਦੇ ਲੋਕਾਂ ਨੂੰ ਅਸੀਂ ਮਟੀਰੀਅਲ ਉਪਲਬਧ ਕਰਾਉਂਦੇ ਹਾਂ ਜਿਹਦੇ ਨਾਲ ਲੋਕ ਘਰ ਬਣਾਉਂਦੇ ਨੇ ਜਿਹਦੇ ਨਾਲ ਲੋਕ ਇੰਡਸਟਰੀ ਜਿਹਦੇ ਨਾਲ ਸਾਰੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ।